ਨਜ਼ਮ ਹੁਸੈਨ ਦੀ ਲਿਖੀ ਇਸ ਜੋੜਦਾ ਸਰਨਾਵਾ ਹੈ ਪੱਤਰ ਪਰਵਾਰੂ ਬਾਜ ਜਿਵੇਂ ਮਨ ਆਵੇ ਖਿੰਨ ਅਰਜ਼ੋਈ ਸ਼ੁਨ ਸੀਰ ਸਾਡੀ ਜਾਵੇ ਆਮੀ ਧਰ ਕੋਣ ਕੋਈ ਧਰ ਸਾਲੇ ਪੋਹੇ ਮਤੇ ਚਾਵਣ ਅੰਗਲੀ ਖੋਲਣ ਨੈਨੀ दारू दर्द सुनजान पुरतन फेरन ਹੋਠ ਪਿਆਲੇ ਘਿੰ ਘੁੱਟ ਸਾ ਸਾਨੂੰ ਆਣ ਚਖਾਵੇਂ ਪਤਰਾ ਦਾ ਪਰਿਵਾਰ ਜੋ ਵਾ ਨੂੰ ਸਦ ਮਰੀਂਦਾ ਏ ਪਿਆ ਕੋਈ ਸੁਣੇ ਹਾਦੀਵਣ ਕੀਤੇ ਪੱਤਰ ਰੁੱਖਾਂ ਦਾ ਅੰਗ ਹੋਏ ਰੁੱਖ ਦਾ ਫੁੱਲ ਫਲ ਤਾਂ ਵਿਕਣ ਕਾਨ ਹੋਇਆ ਉਸ ਨੂੰ ਸੱਪ ਵੇਖਦੇ ਨੇ ਪਰ ਨਿਮਾਣਾ ਪੱਤਰ ਆਪਣੀ ਨਿਮਾਨਤਾ ਪਾਰੋਂ ਹੋ ਕੇ ਵੀ ਅਨ ਹੋਇਆ ਹੀ ਰਹਿੰਦਾ ਏ ਕੋਈ ਵਿਰਲੀ ਆਖੀ ਹੈ ਜੋ ਪੱਤਰ ਸਿਆਣ ਕਰੇ ਰੁੱਖ ਦਾ ਸੋਣ ਦਾ ਪੱਤਰ ਹੁੰਦੇ ਨੇ ਕਦ ਚਮਦੇ ਨੇ ਕਦ ਝਾੜ ਵੰਦੇ ਨੇ ਕੋਈ ਨਹੀਂ ਗੋਲਦਾ ਕਦ ਮਿੱਟੀ ਨਾਲ ਰਲ ਮਿੱਟੀ ਹੋ ਕੇ ਰੁੱਖੀਆਂ ਜੜਾਂ ਵਿੱਚ ਸਮਾਜ ਆਉਂਦੇ ਨੇ ਕਿਸ ਨੂੰ ਵੇਲ ਹੈ ਵੇਖਣ ਦੀ ਜੰਮਣ ਤੋਂ ਮਰਨ ਤੀਕ ਪੱਤਰ ਅਨੇਕਾਂ ਰੰਗ ਬਦਲਦਾ ਹੈ ਰੁੱਖਾਂ ਦੇ ਪੱਤਰ ਵੇਖੇ ਫਰੀਦੀ ਅੱਖ ਨੇ ਜਿਸ ਧਿਆਨ ਕਰਵਾਇਆ ਜੋ ਵੇਖੋ ਤਾਂ ਕੀ ਕੁਝ ਲਿਖਿਆ ਹੈ ਐਨਾ ਪਤਰਾ ਉਪਰ ਐ ਜੋ ਜੰਗਲ ਰੁਖੜੇ ਹਰੀਅਲ ਪਤ ਤਿਨਹਾ ਪੋਥਾ ਲਿਖਿਆ ਅਰਥ ਦਾ ਇਕਸ ਇਕਸ ਮਾ ਐ ਜੋ ਜੰਗਲ ਹੈ ਘਣੇ ਰੁੱਖਾਂ ਨਾਲ ਭਰੇ ਤੇ ਜੋ ਨਿੱਕੇ ਨਿੱਕੇ ਰੁੱਖੜੇ ਹਨ ਇਹਨਾਂ ਦੇ ਹਰੇ ਪੱਤਰਾਂ ਉੱਪਰ ਉਕਰੀ ਕਤ ਪੜੋ ਤਾਂ ਕੀ ਦਸਿੰਦੀ ਏ ਪਈ ਇਕ ਇਕ ਪੱਤਰ ਉਪਰ ਅੱਖਰਾਂ ਦੇ ਮਾਨਿਆਂ ਦੀਆਂ ਅਰਥਾਲੀਆਂ ਲਿਖੀਆਂ ਪਈਆਂ ਨੇ ਮਤਾਂ ਇਸ ਜੋੜ ਅੰਦਰ ਜੋੜਕਾਰ ਨੇ ਉਹ ਆ ਅਰਥ ਪੜ ਜੋੜੇ ਹਨ ਪਤਰਾਂ ਦਾ ਪਰਵਾਰ ਬੁਲਿੰਦਾ ਹੈ ਪਿਆ ਆਪਣੀ ਬੋਲੀ ਵਾ ਰੁਖ ਤੁਸਾ ਲੈ ਕੇ ਜੀਉਂਦਿਆਂ ਨੂੰ ਦਿੰਦੀ ਏ ਜੀਉਂਦੀ ਹੋਣ ਦਾ ਹੰਡਿਆ ਵਰਤਿਆ ਸਾ ਮੜ ਲਿਆ ਕੇ ਰੁੱਖ ਨੂੰ ਦਿੰਦੀ ਏ ਤੇ ਨਵਾਂ ਸਜਰਾ ਸਾ ਲੈ ਕੇ ਮੁੜ ਪਰਤਦੀ ਏ ਪਤਰਾ ਨਾਲ ਸੱਚ ਸੰਗ ਹੋਇਆ ਬਾਤ ਆ ਪੱਤਰਵਾਹ ਨੂੰ ਬੇਨਤੀ ਕਰੀਂਦੇ ਨੇ ਪਏ ਕਿ ਜੇ ਤੇਰਾ ਦਿਲ ਮੰਨੇ ਤੇ ਸਾਡਾ ਇੱਕ ਸੁਨੇਹਾ ਵੀ ਲੈਂਦੀ ਜਾ ਸਾਡੀ ਸ਼ੁੱਣ ਦਾ ਹਿੱਸਾ ਵੀ ਲੈ ਜਾ ਤੇ ਕੌਣਾ ਕੋਈਆਂ ਦੀ ਸਰਦalupe ਤਾਰਾ ਸ਼ੁੱਣ ਸਿਫਰ ਹੈ ਜੋ ਆਪ ਸਖਣਾ ਹੈ ਪਰ ਜਿਸ ਨਾਲ ਜੁੜਦਾ ਹੈ ਉਸ ਨੂੰ ਭਰ ਦਿੰਦਾ ਹੈ ਅ ਸਾਡੇ ਐਸ ਸ਼ੁਨ ਨੂੰ ਮਤਾਂ ਦਹਲੀਜ਼ ਤੇ ਪਿਆ ਵੇਖ ਸਿਆਣੇ ਕੋਈ ਉਸ ਨੂੰ ਚੰਗਾ ਲੱਗੇ ਉਹ ਇਸ ਨੂੰ ਚਾਹ ਗਿਨੇ ਤੇ ਆਪਣੇ ਨੈਣਾ ਅੰਦਰ ਕੋਲ ਲਵੇ ਐਸ ਨੂੰ दारू ਜਾਣੇ ਪੁਰਾਣੇ ਦਰਦ ਦਿੱਤਾ ਤਸੇ ਹੋਠਾਂ ਨੂੰ ਵਤਰੇ ਤਾਂ ਉਹਨਾਂ ਦਾ ਸਾਹ ਮੁੜ ਆਕੇ सू चावी सुन सीर की है पत्रा ने सुन सीर का सुनेहा जिन्ह न है कौन कोई भी तो शून्य है पत् आप भी छून नहीं समझो शुन सिफर होया बिंदी आख लवो भावे सिफर कौन कोई ओ बेना बेपछाण होंदा है ਜੋ ਇਸ ਰਾਸਵਾਲ ਵਿਹਾਰ ਅੰਦਰ ਹੋ ਕੇ ਵੀ ਅਨ ਹੋਈਆਂ ਨੇ ਜੋ ਦੇ ਪਰ ਰਾਤ ਮੋ ਦਾ ਟਿਹੜ ਪਰਨ ਕੀਤੇ ਅੰਨਾ ਖੂਗੇੜਦੇ ਨੇ ਮੋ ਦਾ ਰਾਜ ਤਾਂ ਕਦੀ ਹੋਈ ਨਹੀਂ ਸਕਤਾ ਮੋ ਨੂੰ ਜਿਤਨਾ ਮਿਲੇ ਉਤਨੀ ਮੋ ਹੋਰ ਵੱਧਦੀ ਹੈ ਕੌਣ ਕੋਈ ਨਿਮਾਣਾ ਕੰਮੀ ਸੇਪੀ ਕਸਬੀ ਦਿਹਾੜੀਦਾਰ ਕਮੇਰ ਮੇਲ ਹੈ ਇਹਨਾਂ ਦੀ ਕਰਨੀ ਤਾਂ ਰਾਸਵਾਲ ਮੰਡੀ ਦੇ ਢਾਈ ਚੜ ਕੇ ਆਪਣਾ ਮੁੱਲ ਪਵਾ ਲੈਂਦੀ ਏ ਪਰ ਨਿਮਾਣੇ ਕਰਨ ਹਾਰ ਹੱਥਾਂ ਦਾ ਮੁੱਲ ਨਹੀਂ ਪੈਂਦਾ ਮਤਾਂ ਇਹਾਂ ਸਾਂਝ ਹੈ ਪਤਰਾ ਦੀ ਕੋਣ ਕੋਈ ਨਾਲ ਰੁੱਖ ਦੇ ਫੁੱਲ ਫਾਲ ਦਾ ਮੁੱਲ ਪੈਵੰਦਾ ਏ ਪਰ ਨਿਮਾਣੇ ਪਤਰਾ ਦਾ ਨਹੀਂ ਪੱਤਰ ਦਾ ਭਾਰ ਜੋ ਕੋਈ ਨਾ ਹੋਇਆ ਭਾਰ ਤਾਂ ਕੋਣ ਕੋਈ ਦਾ ਵੀ ਨਹੀਂ ਤੇ ਸ਼ੁੱਨ ਦਾ ਵੀ ਨਹੀਂ ਭਾਰ ਤਾਂ ਬਾਦਾ ਵੀ ਕੋਈ ਨਹੀਂ ਪਤਨਾ ਆਪਣੇ ਜੀਵਨ ਵਿੱਚੋਂ ਸ਼ੁੱਨ ਦੀ ਖੱਟੀ-ਖੱਟੀ ਹੈ ਉਸੇ ਸ਼ੁੱਨ ਨੂੰ ਬਾਦ ਦੇ ਹੱਥ ਫੜਾਇਆ ਹੈ ਕੋਣ ਕੋਈ ਦੇ ਦਰਦ ਦੀ ਸੁਜਾਨ ਹੈ ਵਾ ਨੂੰ ਜੀਵਨ ਦੀਆਂ ਪੀੜਾਂ ਜਰਦੇ ਕੌਣਾ ਦੇ ਅੰਦਰੋਂ ਹੌਕਾ ਬਣ ਕੇ ਨਿਕਲਿਆ ਸਾ ਜਦੋਂ ਵੀ ਰੁੱਖ ਪੱtras ਕੋ ਲਾਇਆ ਹੈ ਪੱtras ਉਪਰ ਨਵੀ ਕਥ ਉਲੀਕ ਗਿਆ ਹੈ ਪੱਤਰ ਨਿਮਾਣਿਆਂ ਦੇ ਦੁਖ ਦਰਦ ਦੇ ਜਾਣੂ ਹਨ ਉਹਨਾਂ ਨੂੰ ਸ਼ੁੰਨ ਸੀਰ ਘਲ ਕੇ ਗੁਜ ਸੁਨੇਹਾ ਘੱਲਿਆ ਹੈ ਸ਼ੁੰਨ ਦੀ ਸਤਿਆ ਚੇਤੇ ਕਰਵਾਈ ਹੈ ਅਨ ਹੋਏ ਵਿੱਚੋਂ ਹੋਵਣ ਯਾਦ ਕਰਵਾਇਆ ਹੈ ਪੱtras ਨੂੰ ਪੱਕ ਹੈ ਜੋ ਸ਼ੁੱਣ ਸਿਆਣੀ ਕੌਣ ਕੋਈ ਦੀ ਪਛਾਣ ਹੈ ਅਸਲ ਆਪਣੀ ਅਸਲ ਪਛਾਣ ਤੂੰ ਵਖਰਾ ਕਰਕੇ ਮਲਮਾਰ ਵਿਹਾਰ ਨੇ ਇਹਨਾਂ ਨੂੰ ਦਰਦ ਦਿੱਤਾ ਹੈ ਜੇ ਕੌਣ ਕੋਈ ਸ਼ੁੱਣ ਸਿਆਣ ਲੈਣ ਤੇ ਉਸ ਨੂੰ ਚੁੰਮ ਕੇ ਆਪਣਾ ਮਨ ਘੇੰਣ ਸ਼ੁੱਣ ਦੀ ਕੱਤ ਹੋਠਾਂ ਤੇ ਖੇਡਣ ਲੱਗੇ ਪੱਤਰ ਆਕਦੇ ਨੇ ਜਦੋਂ ਇਹ ਹੋ ਜਾਵੇ ਤਾਂ ਉਹਨਾਂ ਦਾ ਐਸਾ ਸਾਨੂੰ ਵੀ ਚਖਾਵੀ ਪਰਤ ਕੀ ਨਿਮਾਣਾ ਨਿਮਾਣੇ ਦੀ ਸਤਿਆ ਬਣੇ ਮਤਾਂ ਐ ਸੁਨੇਹਾ ਹੈ ਪੱਤਰਾ ਦਾ ਪੱਤਰਾ ਦੀ ਬਾਜ ਇਹ ਹ ਸੁਣਾਉਂਦੀ ਹੈ ਜੋ ਸੁਣ ਹੋਵੋ ਤੇ ਸੁਣ ਸਿਆਣੋ ਇਹ ਕੁਲ ਦੀ ਸਤਿਆ ਹੈ